ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸੁਮਿਤ ਖੰਨਾ। ਇੱਕ ਵਾਰ ਫਿਰ ਪੁਨੀਤ ਖੰਨਾ ਜੀ ਦੇ ਫੇਸਬੁੱਕ ਪੇਜ ਤੋਂ ਲਾਈਵ ਹੋਏ ਓਮ ਗਲੋਬਲ ਮੈਲਬਨ ਤੋਂ। ਕੁਛ ਕੁ ਸੈਕਿੰਡ ਵੇਟ ਕਰਾਂਗੇ ਤਾਂ ਕਿ ਸਾਡੇ ਦਰਸ਼ਕ ਜਿਹੜੇ ਫੇਸਬੁੱਕ ਰਾਹੀਂ ਜੁੜਦੇ ਆ ਉਹ ਜੁੜ ਜਾਣ। ਅੱਜ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਜਾਏਗੀ ਕੁਛ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਨੂੰ ਲੈ ਕੇ, ਪਲੱਸ ਕਰੋਨਾ ਵਾਇਰਸ ਕਰਕੇ ਜੋ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਨੈਸ਼ਨਲਸ ਦਾ ਬੈਨ ਹੋਇਆ ਕਰੰਟਲੀ, ਪਲੱਸ ਉਹਨਾਂ ਜੋ ਇੰਪੈਕਟ ਪਿਆ ਸਟੂਡੈਂਟ ਇੰਡਸਟਰੀ ਨੂੰ, ਉਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ। ਕੁਛ ਹੋਰ ਸੈਕਿੰਡ ਵੇਟ ਕਰਦੇ ਹਾਂ ਤਾਂ ਕਿ ਸਾਡੇ ਹੋਰ ਦਰਸ਼ਕ ਸਾਡੇ ਨਾਲ ਜੁੜ ਜਾਣ। ਕੁਸ਼ਚਨ ਵੀ ਲਿੱਤੇ ਜਾਣਗੇ ਜੇ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਨੂੰ ਲੈ ਕੇ ਕੋਈ ਵੀ ਤੁਹਾਨੂੰ ਕੁਸ਼ਚਨਸ ਹੈ, ਚਾਹੇ ਤੁਸੀਂ ਆਸਟ੍ਰੇਲੀਆ 'ਚੋਂ ਚਾਹੇ ਇੰਡੀਆ 'ਚੋਂ ਆਸਟ੍ਰੇਲੀਆ ਆਉਣਾ ਚਾਹੁੰਦੇ ਹੋ ਜਾਂ ਆਸਟ੍ਰੇਲੀਆ 'ਚੋਂ ਆਪਣਾ ਫਰਦਰ ਸਟੱਡੀਜ਼ ਬਾਰੇ ਕੋਈ ਕੁਸ਼ਚਨ ਪੁੱਛਣਾ ਚਾਹੁੰਦੇ ਹੋ, ਕੋਰਸ ਚੇਂਜ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ, ਰਿਕੁਆਇਰਮੈਂਟਸ ਨੂੰ ਲੈ ਕੇ ਪੁੱਛਣਾ ਚਾਹੁੰਦੇ ਹੋ, ਤੁਸੀਂ ਉਹ ਵੀ ਪੁੱਛ ਸਕਦੇ ਹੋ। ਇੱਕ ਵਾਰੀ ਫਿਰ ਮੈਂ ਦੱਸਦਾ, ਮੇਰਾ ਨਾਮ ਸੁਮਿਤ ਖੰਨਾ, ਮੈਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆਸਟ੍ਰੇਲੀਆ ਤੋਂ ਓਮ ਗਲੋਬਲ ਮੈਲਬਨ ਵੱਲੋਂ ਤੁਹਾਨੂੰ ਇਨਫੋਰਮੇਸ਼ਨ ਦੇਣ ਜਾਣਗੇ। ਸਭ ਤੋਂ ਪਹਿਲਾ ਟੋਪਿਕ ਦੋਸਤੋ ਕਰੋਨਾ ਵਾਇਰਸ ਨੂੰ ਲੈ ਕੇ ਜਿਹਦਾ ਇੰਪੈਕਟ ਪੂਰੇ ਵਰਲਡ ਦੇ ਵਿੱਚ ਚੱਲ ਰਿਹਾ ਹੈ। ਇਹ ਉਹ ਡਿਜ਼ੀਜ਼ ਹੈ ਜਿਹੜਾ ਚਾਈਨਾ ਤੋਂ ਸ਼ੁਰੂ ਹੋਇਆ ਅਤੇ ਬਾਕੀ ਕੰਟਰੀਆਂ ਦੇ ਵਿੱਚ ਵੀ ਕਰੰਟਲੀ ਫੈਲ ਰਿਹਾ। ਰੀਸੈਂਟ ਨਿਊਜ਼ ਜਿਹੜੀ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਕੱਢੀ ਸੀ, ਉਹਦੇ ਵਿੱਚ ਕੋਈ ਵੀ ਮੇਨਲੈਂਡ ਚਾਈਨਾ ਤੋਂ ਟ੍ਰਾਂਜ਼ਿਟ ਕਰ ਰਿਹਾ ਜਾਂ ਮੇਨਲੈਂਡ ਚਾਈਨਾ ਤੋਂ ਵਿਜ਼ਿਟ ਕਰਨਾ ਚਾਹ ਰਿਹਾ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਂਪਰਰੀ ਵੀਜ਼ਾ 'ਤੇ, ਚਾਹੇ ਉਹ ਵਿਜ਼ਿਟਰ ਹੋਵੇ ਜਾਂ ਸਟੂਡੈਂਟ ਵੀਜ਼ਾ ਹੋਵੇ, ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ ਇਸ ਵੇਲੇ। ਜੋ ਟਰਾਈ ਕਰ ਰਹੇ ਆ ਕੰਟਰੀ 'ਚ ਐਂਟਰ ਕਰਨ ਦੀ, ਉਹਨਾਂ ਦਾ ਵੀਜ਼ਾ ਕੈਂਸਲ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ। ਪਲੱਸ ਔਨ ਦੀ ਅਦਰ ਹੈਂਡ, ਚਾਈਨਾ ਤੋਂ ਜਾਂ ਕਿਸੇ ਵੀ ਟ੍ਰਾਂਜ਼ਿਟ ਕੰਟਰੀ ਤੋਂ ਜੋ ਬੋਰਡ ਕਰ ਰਹੇ ਹੈ ਅਤੇ ਉਹ ਪਿਛਲੇ ਕੁਛ ਸਮੇਂ ਦੇ ਵਿੱਚ ਚਾਈਨਾ ਵਿਜ਼ਿਟ ਕੀਤੇ ਹੈ, ਤਾਂ ਵੀ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ। ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਜਿਹੜਾ ਚਾਈਨੀਜ਼ ਸਟੂਡੈਂਟ ਕਹਿ ਲਓ ਜਾਂ ਚਾਈਨੀਜ਼ ਨੈਸ਼ਨਲ ਜਿਹੜਾ ਆਸਟ੍ਰੇਲੀਆ 'ਚ ਆਉਂਦਾ, ਉਹ ਚਾਈਨੀਜ਼ ਸਟੂਡੈਂਟ ਹੈ ਜਿਹੜਾ ਕਿ ਇੱਥੇ ਵੱਖ ਵੱਖ ਯੂਨੀਵਰਸਿਟੀਜ਼ ਵੱਖ ਵੱਖ ਇੰਸਟੀਟਿਊਸ਼ਨਸ 'ਚ ਪੜ੍ਹਦਾ ਹੈ। ਉਹਨਾਂ ਨੇ ਐਵਰੇਜ ਦੇਖਿਆ ਜਾਏ ਇਸ ਸਾਲ ਚਾਈਨੀਜ਼ ਸਟੂਡੈਂਟ 200,000, 2,00,000 ਚਾਈਨੀਜ਼ ਸਟੂਡੈਂਟ ਦੇ ਆਉਣ ਦੀ ਸੰਭਾਵਨਾ ਸੀਗੀ, ਸਪੈਸ਼ਲੀ ਮਾਰਚ ਇਨਟੇਕ ਦੇ ਵਿੱਚ। ਬਿਕੋਜ਼ ਆਫ ਦਿਸ ਕਰੋਨਾ ਵਾਇਰਸ 'ਤੇ ਜਿਹੜਾ ਟਰੈਵਲ ਬੈਨ ਲੱਗਾ ਚਾਈਨਾ ਦੇ ਉੱਤੇ, ਇਸ ਕਰਕੇ ਉਹ ਸਭ ਸਟੂਡੈਂਟਸ ਆਸਟ੍ਰੇਲੀਆ 'ਚ ਨਹੀਂ ਐਂਟਰ ਕਰ ਰਹੇ ਫਿਲਹਾਲ। 2 ਹਫ਼ਤੇ ਦਾ ਬੈਨ ਸੀਗਾ ਜਿਹੜਾ ਲਗਾਇਆ ਗਿਆ, ਹੁਣ ਹਜੇ ਵੀ ਕੁਛ 9 ਦਿਨ ਪਏ ਹੈ ਅਤੇ ਆਫਟਰ ਅਨਦਰ 9 ਡੇਜ਼ ਔਰ ਸੋ ਇਹਦਾ ਰਿਵਿਊ ਕੀਤਾ ਜਾਏਗਾ ਅਤੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਆਪਣੀ ਅੱਗੇ ਦੀ ਸਟਰੈਟਜੀ ਦੱਸੇਗੀ ਕਿ ਸਟੂਡੈਂਟਸ ਨੂੰ ਐਂਟਰ ਕੀਤਾ ਜਾ ਦਿੱਤਾ ਜਾਏਗਾ ਕਿ ਨਹੀਂ। $39 billion ਦੀ ਇੰਡਸਟਰੀ ਹੈ ਐਜੂਕੇਸ਼ਨ ਇੰਡਸਟਰੀ ਆਸਟ੍ਰੇਲੀਆ ਦੀ, ਜੇ ਆਪਾਂ ਗੱਲ ਕਰੀਏ, ਜੇ ਉਹਦੇ ਵਿੱਚੋਂ 2,00,000 ਦੇ ਆਸ ਪਾਸ ਚਾਈਨੀਜ਼ ਸਟੂਡੈਂਟ ਨਹੀਂ ਆਉਂਦਾ, ਉਹਦਾ ਇੰਪੈਕਟ ਲਗਾਇਆ ਜਾਏ ਤਾਂ ਕੁਛ $8 billion ਦਾ ਇੰਪੈਕਟ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਨੂੰ ਪੈ ਰਿਹਾ। ਇਹ ਉਹ ਇੰਪੈਕਟ ਹੈ ਜਿਹੜਾ ਸਟੂਡੈਂਟ ਆਪਣੀ ਫੀਸ ਨਾਲ ਪੇ ਕਰਦਾ ਯੂਨੀਵਰਸਿਟੀਜ਼ ਨੂੰ, ਇੰਸਟੀਟਿਊਸ਼ਨਸ ਨੂੰ, ਵੱਖ ਵੱਖ ਕਾਲਜਿਸ ਨੂੰ। ਇਹ ਤੋਂ ਇਲਾਵਾ ਜੇ ਲਾਰਜ ਸਕੇਲ 'ਤੇ ਇੰਪੈਕਟ ਦੇਖੀਏ, ਚਾਈਨੀਜ਼ ਟੂਰਿਸਟ ਨਾ ਆਉਣ ਕਰਕੇ ਜਾਂ ਸਟੂਡੈਂਟ ਨਾ ਆਉਣ ਕਰਕੇ
ਜਿਹੜੇ ਉਹ ਟੂਰਿਸਟ ਇੱਥੇ ਪੈਸੇ ਖਰਚਦੇ ਜਾਂ ਚਾਈਨੀਜ਼ ਪੈਸੇ ਖਰਚਦੇ ਜਾਂ ਇਕੋਨਮੀ ਨੂੰ ਐਡ ਕਰਦੇ ਲਾਰਜ ਸਕੇਲ 'ਤੇ ਉਹਦਾ ਕਾਫੀ ਵੱਡਾ ਇੰਪੈਕਟ ਦੇਖਿਆ ਜਾ ਰਿਹਾ। ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਆਲਰੇਡੀ ਆਪਣੀ ਇਨਟੇਕ ਡੈਫਰ ਕਰਤੇ ਹੋਏ ਤਾਂ ਕਿ ਜੇ ਇਨ ਕੇਸ ਗਵਰਨਮੈਂਟ ਦੀ ਪੋਲਿਸੀ ਦੇ ਵਿੱਚ ਕੋਈ ਚੇਂਜ ਆਉਂਦਾ ਹੈ ਤਾਂ ਹੋ ਸਕਦਾ ਉਹ ਸਟੂਡੈਂਟਸ ਦੁਬਾਰਾ ਤੋਂ ਜੁਆਇਨ ਹੋਣ। ਬਟ ਐਟ ਦਿਸ ਸਟੇਜ ਚਾਈਨੀਜ਼ ਸਟੂਡੈਂਟਸ ਆਰ ਨੋਟ ਅਲਾਊਡ ਟੂ ਐਂਟਰ ਦ ਕੰਟਰੀ ਅਤੇ ਇਹਦਾ ਬਹੁਤ ਵੱਡਾ ਇੰਪੈਕਟ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਨੂੰ ਇੰਡਸਟਰੀ ਨੂੰ ਪੈ ਰਿਹਾ। ਜਾਂ ਤੁਹਾਨੂੰ ਬੇਸਿਕ ਜੀ ਪਿੱਛੇ ਬੈਕਗਰਾਊਂਡ ਦੇਈਏ ਤਾਂ ਆਸਟ੍ਰੇਲੀਅਨ ਐਜੂਕੇਸ਼ਨ ਇੰਡਸਟਰੀ ਆਸਟ੍ਰੇਲੀਆ ਦੀ ਥਰਡ ਲਾਰਜੈਸਟ ਐਕਸਪੋਰਟ ਇੰਡਸਟਰੀ ਹੈ, ਥਰਡ ਲਾਰਜੈਸਟ ਇੰਡਸਟਰੀ ਇਹੋ ਜਿਹੀ ਹੈ ਜਿੱਥੋਂ ਆਸਟ੍ਰੇਲੀਆ ਦੀ ਇਕੋਨਮੀ ਨੂੰ ਪੈਸਾ ਆਉਂਦਾ ਹੈ। ਅਤੇ ਇੰਨੇ ਲਾਰਜ ਸਕੇਲ 'ਤੇ ਜਦੋਂ ਕੋਈ ਇੰਪੈਕਟ ਹੁੰਦਾ ਹੈ ਕਿਸੇ ਇੰਡਸਟਰੀ ਨੂੰ ਉਹਦਾ ਬਹੁਤ ਸਾਰਾ ਨੁਕਸਾਨ। ਜੇ ਆਪਾਂ ਹੋਰ ਪਾਸਟ ਦੀ ਗੱਲ ਕਰੀਏ, ਰੀਸੈਂਟਲੀ ਆਸਟ੍ਰੇਲੀਆ ਦੇ ਵਿੱਚ ਅਨਪ੍ਰੈਸੀਡੈਂਟਿਡ ਬੁਸ਼ ਫਾਇਰਸ ਹੋਈਆਂ ਸੀ ਅਕਰੋਸ ਹਰ ਸਟੇਟ ਦੇ ਵਿੱਚ, ਜਿਹਦੇ ਕਰਕੇ ਆਲਰੇਡੀ ਆਸਟ੍ਰੇਲੀਆ ਦੀ ਇਕੋਨਮੀ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਵੇ ਫੋਰਵਰਡ ਕੀ ਹੈ, ਇਹਦਾ ਇੰਪੈਕਟ ਇੰਡੀਆ ਨੂੰ ਕਿੱਦਾਂ ਪੈਂਦਾ ਹੈ, ਇੰਡੀਆ ਤੋਂ ਜਿਹੜੇ ਸਟੂਡੈਂਟਸ ਆ ਰਹੇ ਉਹ ਕਿੱਦਾਂ ਪੈਂਦਾ ਹੈ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਾਣਨੀ ਕਿ ਆਸਟ੍ਰੇਲੀਅਨ ਐਜੂਕੇਸ਼ਨ ਆਪਣੇ ਆਪ ਨੂੰ ਕਿੱਦਾਂ ਪੁੱਲ ਅਪ ਕਰੇਗਾ ਇਸ ਸਿਚੁਏਸ਼ਨ 'ਚੋਂ ਅਤੇ ਕਿਹੜੀ ਕੰਟਰੀ ਵੱਲ ਦੇਖੇਗਾ ਜੇ ਜ਼ਿਆਦਾ ਸਟੂਡੈਂਟਸ ਉਹਨਾਂ ਨੂੰ ਚਾਹੀਦੇ। ਆਸਟ੍ਰੇਲੀਆ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਸਟੂਡੈਂਟ ਚਾਈਨਾ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੈ ਉਹ ਆਉਂਦਾ ਇੰਡੀਅਨ ਸਟੂਡੈਂਟ। ਜੇ ਆਪਾਂ ਪਿਛਲੇ ਸਾਲ ਦੀ ਹੀ ਗੱਲ ਕਰੀਏ, ਲੇਟ ਲਾਸਟ ਈਅਰ, ਇਨਫੈਕਟ ਪ੍ਰਾਇਰ ਟੂ ਲਾਸਟ ਈਅਰ, ਇੰਡੀਆ ਦਾ ਲੈਵਲ ਜਦੋਂ 2 ਹੁੰਦਾ ਸੀਗਾ ਉਹਨੂੰ ਗਰਾ ਕੇ ਲੈਵਲ 3 ਕਰ ਦਿੱਤਾ ਗਿਆ ਸੀ। ਇਹਦਾ ਮਤਲਬ ਕਿ ਇੰਡੀਆ ਨੂੰ ਲੈਵਲ 3 ਦੇ ਵਿੱਚ ਪਾ ਦਿੱਤਾ ਗਿਆ ਸੀ। ਬਟ ਐਟ ਦਿਸ ਸਟੇਜ ਜਿੱਦਾਂ ਆਸਟ੍ਰੇਲੀਅਨ ਐਜੂਕੇਸ਼ਨ ਚੱਲ ਰਹੀ ਹੈ, ਸਟੂਡੈਂਟ ਘੱਟ ਆ ਰਿਹਾ ਚਾਈਨਾ ਦੇ ਵਿੱਚੋਂ, ਕਿਸੇ ਨਾ ਕਿਸੇ ਤਰ੍ਹਾਂ ਇਸ ਇੰਡਸਟਰੀ ਨੂੰ ਐਕਸਪੋਰਟ ਇਨਕਰੀਜ਼ ਕਰਨ ਲਈ ਜ਼ਿਆਦਾ ਸਟੂਡੈਂਟ ਬਾਕੀ ਕੰਟਰੀਜ਼ ਵੱਲ ਦੇਖਣਾ ਹੀ ਪੈਣਾ ਹੈ। ਅਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਆਉਂਦੀ ਹੈ ਇੰਡੀਆ, ਕਿਉਂਕਿ ਜੇ ਆਪਾਂ ਬਲਕ ਆਫ ਸਟੂਡੈਂਟਸ ਦੀ ਗੱਲ ਕਰੀਏ, ਚਾਈਨਾ ਤੋਂ ਬਾਅਦ ਇੰਡੀਆ ਹੀ ਇਹੋ ਜਿਹਾ ਦੇਸ਼ ਹੈ ਜਿਹੜਾ ਆਸਟ੍ਰੇਲੀਆ ਨੂੰ ਬਲਕ ਆਫ ਸਟੂਡੈਂਟਸ ਦੇ ਸਕਦਾ। ਇਹਦਾ ਮਤਲਬ ਇਹ ਵੀ ਹੈ ਕਿ ਜਿਹੜਾ ਮਾਰਚ ਦੇ ਵਿੱਚ ਯੂਜਲੀ ਜਦੋਂ ਕਾਲਜਿਸ ਦੇ ਅਸੈਸਮੈਂਟ ਲੈਵਲਸ ਜਾਂ ਕੰਟਰੀਜ਼ ਦੇ ਅਸੈਸਮੈਂਟ ਲੈਵਲ ਰਿਵਿਊ ਹੁੰਦੇ ਹੈ ਤਾਂ ਬਹੁਤ ਵੱਡਾ ਚਾਂਸ ਹੈ ਕਿ ਇੰਡੀਆ ਦਾ ਲੈਵਲ 3 ਤੋਂ ਲੈਵਲ 2 ਵੀ ਕੀਤਾ ਜਾ ਸਕਦਾ ਹੈ। ਇਹਦਾ ਆਲਰੇਡੀ ਆਪਾਂ ਆਊਟਕਮ ਕਰੰਟਲੀ ਹੁਣ ਦੇਖਣਾ ਸ਼ੁਰੂ ਕਰਤਾ ਹੈ, ਲਾਸਟ 1 ਵੀਕ ਤੋਂ ਜਾਂ ਲਾਸਟ 10 ਦਿਨਾਂ ਤੋਂ ਕਹਿ ਲਈਏ, ਜਿਹੜੀਆਂ ਫਾਈਲਸ ਅੰਬੈਸੀ ਦੇ ਵਿੱਚ ਜਾ ਰਹੀਆਂ ਇਨ ਟਰਮਸ ਆਫ ਹਾਇਰ ਐਜੂਕੇਸ਼ਨ ਕੋਰਸਿਸ ਜਾਂ ਵੈਟ ਕੋਰਸਿਸ ਦੇ ਵਿੱਚ, ਵਿਚ ਮੀਨਸ ਡਿਪਲੋਮਾ ਕੋਰਸਿਸ ਦੇ ਵਿੱਚ ਵੀ ਜਿਹੜੀ ਫਾਈਲਾਂ ਜਾ ਰਹੀਆਂ ਉਹਨਾਂ ਦਾ ਬਹੁਤ ਜਲਦੀ ਆਊਟਕਮ ਆ ਰਿਹਾ ਅਤੇ ਬਹੁਤ ਅੱਛਾ ਸਕਸੈਸ ਰੇਟ ਆ ਰਿਹਾ ਇੰਡੀਅਨ ਸਟੂਡੈਂਟਸ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ। ਅਤੇ ਜੇ ਤੁਸੀਂ ਇੱਕ ਸਟੂਡੈਂਟ ਹੋ ਅਤੇ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਹੋ, ਦਿਸ ਇਜ਼ ਪ੍ਰੋਬਬਲੀ ਦ ਰਾਈਟ ਟਾਈਮ ਟੂ ਅਪਲਾਈ ਐਨੀ ਆਫ ਦ ਇੰਸਟੀਟਿਊਸ਼ਨ ਵਿਦ ਇਨ ਆਸਟ੍ਰੇਲੀਆ, ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਵੀ ਕਾਲਜ ਦੇ ਵਿੱਚ, ਬੇਸਡ ਔਨ ਯੋਰ ਪ੍ਰੋਫਾਈਲ, ਬੇਸਡ ਔਨ ਕਿ ਤੁਹਾਡੀ ਪਾਸਟ ਹਿਸਟਰੀ ਕੀ ਹੈ, ਕੀ ਪੜ੍ਹੇ ਹੋ, ਕਿੰਨੇ ਆਲਸ ਬੈਂਡ ਹੈ, ਉਹਦੇ ਬੇਸਿਸ 'ਤੇ ਦਿਸ ਇਜ਼ ਦ ਬੈਸਟ ਟਾਈਮ ਟੂ ਅਪਲਾਈ। ਓਵਰਆਲ ਸਟੂਡੈਂਟ ਵੀਜ਼ਾ ਬਾਰੇ ਜੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਈਏ, ਮੇਨ ਆਸਪੈਕਟਸ ਆਫ ਸਟੂਡੈਂਟ ਵੀਜ਼ਾ, ਕਰੰਟਲੀ ਇੰਡੀਆ ਲੈਵਲ 3 ਦੇ ਵਿੱਚ ਹੋਣ ਕਰਕੇ ਆਈਲਟਸ ਦੀ ਰਿਕੁਆਇਰਮੈਂਟ ਹੈ, ਅਨਲੈਸ ਕਿ ਤੁਸੀਂ ਕਿਸੇ ਲੈਵਲ 1 ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ।
ਅਪਾਰਟ ਫਰੋਮ ਦੈਟ, ਜਿਹੜਾ ਵਨ ਆਫ ਦ ਮੇਨ ਕ੍ਰਾਈਟੀਰੀਆ ਹੈਗਾ ਉਹ ਹੈਗਾ GTE ਕ੍ਰਾਈਟੀਰੀਆ, ਜਿਹਨੂੰ ਜੈਨੂਇਨ ਟੈਂਪਰਰੀ ਐਂਟਰੈਂਟ ਕਹਿੰਦੇ ਹੈ। ਜੈਨੂਇਨ ਟੈਂਪਰਰੀ ਐਂਟਰੈਂਟ ਤੁਸੀਂ ਡਿਪਾਰਟਮੈਂਟ ਨੂੰ ਕਿੱਦਾਂ ਪਰੂਫ ਕਰਦੇ ਹੋ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ, ਆਸਟ੍ਰੇਲੀਆ ਦੇ ਵਿੱਚ ਆ ਰਹੇ ਹੋ, ਇੱਥੇ ਪੜ੍ਹ ਕੇ ਵਾਪਸ ਜਾਣਾ ਚਾਹੁੰਦੇ ਹੋ, ਤਾਂ ਕੀ ਤੁਹਾਡਾ ਮੋਟਿਵ ਹੈ ਉਹ ਕੋਰਸ ਕਰਨ ਦਾ ਜਾਂ ਉਸ ਪਰਟੀਕੁਲਰ ਇੰਸਟੀਟਿਊਸ਼ਨ 'ਚ ਪੜ੍ਹਨ ਦਾ? ਅਤੇ ਜੈਨੂਇਨ ਟੈਂਪਰਰੀ ਐਂਟਰੈਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਦੇਖੀ ਜਾਂਦੀ ਕਿ ਕਿਹੜਾ ਕੋਰਸ ਕਰਨ ਜਾ ਰਹੇ ਹੋ, ਕੀ ਉਹ ਤੁਹਾਡੀ ਪੁਰਾਣੀ ਪੜ੍ਹਾਈ ਦੇ ਨਾਲ ਰੈਲੇਵੈਂਟ ਹੈ ਜਾਂ ਬਿਲਕੁਲ ਡਿਫਰੈਂਟ ਕੋਰਸ ਹੈ। ਅਤੇ ਇਸ ਕਰਕੇ ਮੇਕ ਸ਼ੋਰ ਜਿਹੜੀ ਤੁਹਾਡੀ ਕੋਰਸ ਸਲੈਕਸ਼ਨ ਰਹਿੰਦੀ ਹੈ ਅਤੇ ਪਲੱਸ ਜਿਹੜੇ ਇੰਸਟੀਟਿਊਸ਼ਨ 'ਚ ਤੁਸੀਂ ਪੜ੍ਹਨ ਜਾ ਰਹੇ ਹੋ ਉਹ ਬਹੁਤ ਹੀ ਸੋਚਿਆ ਸਮਝਿਆ ਕਦਮ ਹੋਵੇ, ਤਾਂ ਕਿ ਬਹੁਤ ਕਿਤੇ ਨਾ ਕਿਤੇ ਤੁਹਾਡੇ ਵੀਜ਼ਾ ਆਊਟਕਮ ਨੂੰ ਇੰਪੈਕਟ ਕਰਦਾ ਹੈ। ਬਾਕੀ ਅਪਾਰਟ ਫਰੋਮ ਦੈਟ ਆਇਲਸ ਅਤੇ PTE ਦੀ ਜੇ ਗੱਲ ਕਰੀਏ, ਇੰਗਲਿਸ਼ ਲੈਂਗੁਏਜ ਟੈਸਟ ਬਹੁਤ ਸਾਰੀ ਯੂਨੀਵਰਸਿਟੀਜ਼ ਨੂੰ ਪ੍ਰੋਵੀਜ਼ਨ ਹੈ ਜਿਹੜੇ ਆਪਣੀ GTE 'ਚ ਕਾਪ ਕਰਦੇ ਹੈ, ਅਤੇ ਜੇ ਤੁਸੀਂ ਕਿਸੇ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋ ਤਾਂ ਤੁਹਾਡੇ ਕੋਲ ਪਰੂਫ ਹੈਗਾ, ਦੈਨ ਦੇ ਇਜ਼ ਅ ਪੋਸੀਬਿਲਿਟੀ ਕਿ ਤੁਹਾਨੂੰ ਆਇਲਸ ਦਾ ਪੇਪਰ ਵੀ ਮਿਲ ਜਾਂਦਾ ਹੈ। ਬੇਸਿਕਲੀ ਯੂਨੀਵਰਸਿਟੀ ਇਹ ਦੇਖਦੀ ਹੈ ਕਿ ਤੁਸੀਂ ਜਿਹੜਾ ਤੁਹਾਡਾ ਲਾਸਟ ਸਟੱਡੀ ਸੀ ਉਹਦਾ ਮੀਡੀਅਮ ਆਫ ਸਟੱਡੀ ਜੇ ਇੰਗਲਿਸ਼ ਹੈ ਤਾਂ ਉਹਦੇ ਵਿੱਚ ਬੜੇ ਈਜ਼ੀਲੀ ਪੇਪਰ ਵੀ ਮਿਲ ਜਾਂਦਾ। ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਸੀਗੇ ਕਿ ਇੰਡੀਆ ਤੋਂ ਜਿੱਦਾਂ ਵੀਜ਼ੇ ਖੁੱਲ੍ਹਣ ਦੀ ਆਲਰੇਡੀ ਔਨ ਟਰੈਕ ਲੱਗ ਰਿਹਾ, ਅਤੇ ਮੋਸਟ ਲਾਈਕਲੀ ਜੇ ਮਾਰਚ ਦੇ ਵਿੱਚ ਇੰਡੀਆ ਦਾ Level 2 ਹੋ ਜਾਂਦਾ ਹੈ, ਅਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਵੈਟ ਸੈਕਟਰ ਦੇ ਸਟੂਡੈਂਟਸ ਨੂੰ, ਵਿਚ ਮੀਨਸ ਜਿਹੜੇ ਸਟੂਡੈਂਟ ਡਿਪਲੋਮਾ ਲੈਵਲ ਦੀ ਸਟੱਡੀ ਕਰਨ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ, ਕਿਉਂਕਿ ਉਹਦਾ ਮਤਲਬ ਇਹ ਵੀ ਹੈ ਕਿ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੋਏਗਾ ਅਤੇ ਜਿਹੜੀ ਡਿਮਾਂਡ ਹੈ ਆਸਟ੍ਰੇਲੀਅਨ ਐਜੂਕੇਸ਼ਨ ਨੂੰ ਜ਼ਿਆਦਾ ਸਟੂਡੈਂਟਸ ਦੀ, ਜੇ ਉਹ ਚਾਈਨਾ ਤੋਂ ਡਿਮਾਂਡ ਨਹੀਂ ਪੂਰੀ ਹੁੰਦੀ ਉਹ ਡਿਮਾਂਡ ਲਈ ਓਬੀਅਸਲੀ ਆਸਟ੍ਰੇਲੀਆ ਇੰਡੀਆ ਵੱਲ ਦੇਖੇਗਾ। PR ਪਾਥਵੇ ਦੀ ਜੇ ਗੱਲ ਕਰੀਏ, ਆਪਾਂ ਤੁਹਾਡੇ ਕੁਐਸਚਨਸ ਵੀ ਲਵਾਂਗੇ, ਬਹੁਤ ਸਾਰੇ ਨੀਚੇ ਕੁਐਸਚਨਸ ਵੀ ਪੁੱਛੇ ਜਾ ਰਹੇ, ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣ ਤੋਂ ਬਾਅਦ ਆਪਾਂ ਲਾਈਵ ਕੁਐਸਚਨਸ ਵੀ ਲਵਾਂਗੇ। PR ਪਾਥਵੇ ਦੀ ਜੇ ਗੱਲ ਕਰੀਏ, ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਬਹੁਤ ਜ਼ਿਆਦਾ ਫੋਕਸ ਪਾ ਰਿਹਾ ਰੀਜਨਲ ਏਰੀਆਜ਼ ਨੂੰ ਲੈ ਕੇ, ਜੇ ਆਪਾਂ ਮੈਲਬਰਨ, ਸਿਡਨੀ, ਬ੍ਰਿਸਬੇਨ ਦੀ ਗੱਲ ਕਰੀਏ, ਕੁਛ ਪਾਪੂਲੇਟਿਡ ਸਿਟੀਜ਼ ਹੋਣ ਦੇ ਕਾਰਨ ਆਸਟ੍ਰੇਲੀਅਨ ਗਵਰਨਮੈਂਟ ਚਾਹੁੰਦੀ ਹੈ ਕਿ ਸਟੂਡੈਂਟਸ ਜੇ ਆਸਟ੍ਰੇਲੀਆ ਪੜ੍ਹਨ ਆਉਂਦੇ ਹੈ ਉਹ ਕਿਸੇ ਰੀਜਨਲ ਏਰੀਆ ਦੇ ਵਿੱਚ ਪੜ੍ਹਾਈ ਕਰਨ। ਜੇ ਰੀਜਨਲ ਏਰੀਆ ਦੇ ਵਿੱਚ ਪੜ੍ਹਾਈ ਕਰਦੇ ਹੋ ਤਾਂ ਇਹਦਾ ਮਤਲਬ ਇਹ ਵੀ ਹੈ ਕਿ 2 ਸਾਲ ਜਾਂ 3 ਸਾਲ ਦੀ ਤੁਸੀਂ ਡਿਗਰੀ ਖਤਮ ਕਰਨ ਤੋਂ ਬਾਅਦ 4 ਸਾਲ ਤੱਕ ਦਾ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਹੈ। ਇਹ ਸਿੰਪਲ ਪਾਥਵੇ ਹੈਗਾ। ਜੇ ਤੁਸੀਂ ਫਾਰ ਰੀਜਨਲ ਏਰੀਆ ਦੇ ਵਿੱਚ ਕੰਮ ਪੜ੍ਹਾਈ ਕਰਦੇ ਹੋ, 2 ਸਾਲ ਦੀ ਸਟੱਡੀ ਫਿਨਿਸ਼ ਕਰਦੇ ਹੋ, ਤੁਹਾਨੂੰ 4 ਸਾਲ ਤੱਕ ਦਾ ਵਰਕ ਵੀਜ਼ਾ ਦਿੱਤਾ ਜਾ ਸਕਦਾ ਹੈ ਜਿਹਦੇ ਵਿੱਚ ਤੁਹਾਡੇ ਕੋਲ ਫੁੱਲ ਵਰਕਿੰਗ ਰਾਈਟਸ ਹੈ, ਅਤੇ ਜੇ ਸਪਾਊਸ ਤੁਹਾਡੇ ਨਾਲ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਫੁੱਲ ਵਰਕਿੰਗ ਰਾਈਟਸ ਹੈ। ਅਤੇ ਅਗੇਨ ਇਟ ਕਮਸ ਟੂ ਦਾ ਪੁਆਇੰਟ ਕਿ ਕਿਹੜੀ ਯੂਨੀਵਰਸਿਟੀ, ਕਿਹੜਾ ਕੈਂਪਸ ਤੁਸੀਂ ਚੂਜ਼ ਕਰਦੇ ਹੋ ਉਹ ਬਹੁਤ ਮਾਇਨੇ ਰੱਖਦਾ ਅੱਗੇ ਜਾ ਕੇ ਤੁਹਾਡੇ ਪਾਥਵੇ ਨੂੰ ਲੈ ਕੇ। ਇਨ ਟਰਮਸ ਆਫ PR, PR ਵਰਕਸ ਇਨ ਅ ਸਿਮਿਲਰ ਵੇ ਐਸ ਵੈਲ, ਕਿ ਜਿੰਨਾ ਜੇ ਤੁਸੀਂ ਰੀਜਨਲ 'ਚ ਪੜ੍ਹਦੇ ਹੋ ਤੁਹਾਨੂੰ ਐਕਸਟਰਾ ਪੁਆਇੰਟਸ ਵੀ ਮਿਲਦੇ ਹੈ, ਤੁਹਾਨੂੰ ਰੀਜਨਲ ਦੇ ਵਿੱਚ ਜਿਹੜੀ ਕਈ ਕੈਟੇਗਰੀਜ਼ ਹੈ ਵੀਜ਼ਾ ਅਪਲਾਈ ਕਰਨ ਦੀਆਂ, ਜਿੱਦਾਂ 491 ਹੀ ਲਗਾ ਕੇ ਚੱਲੀਏ ਅਤੇ ਉਹ 494, ਅਤੇ ਉਹ ਸਭ ਆਪਸ਼ਨਸ ਅਵੇਲੇਬਲ ਹੈਗੀਆਂ। ਈਵਨ ਕਿ ਇੰਡੀਵਿਜੁਅਲ ਸਟੇਟਸ ਦੀ ਵੀ ਜੇ ਆਪਾਂ ਗੱਲ ਕਰੀਏ, ਸਟੇਟਸ ਪ੍ਰੈਫਰ ਐਸ ਵੈਲ ਕਿ ਤੁਸੀਂ ਮੈਟਰੋਪੋਲੀਟਨ ਸਿਟੀਜ਼ ਨੂੰ ਜਾ ਕੇ ਛੱਡ ਕੇ ਰੀਜਨਲ ਏਰੀਆ ਦੇ ਵਿੱਚ ਸਟੱਡੀ ਕਰੋ, ਉੱਥੇ ਰਹੋ,
ਉਹਦੇ ਜ਼ਿਆਦਾ ਚਾਂਸ ਹੈ ਕਿ ਤੁਹਾਡਾ PR ਦਾ ਪਾਥ ਕੋਈ ਅੱਗੋਂ ਜਾ ਕੇ ਸੌਖਾ ਹੋ ਜਾਂਦਾ। ਜੇ ਪੁਆਇੰਟ ਸਿਸਟਮ ਨੂੰ ਲੈ ਕੇ ਚੱਲੀਏ, ਜਿਹੜੀ ਰੀਸੈਂਟ ਚੇਂਜਿਸ ਆਈਆਂ ਸੀਗੀਆਂ ਉਹਦੇ ਵਿੱਚ ਕਪਲ ਆਫ ਮੇਨ ਚੇਂਜਿਸ। ਜੇ ਤੁਸੀਂ ਸਿੰਗਲ ਹੋ ਤੁਹਾਨੂੰ ਉਹਦੇ 10 ਪੁਆਇੰਟ ਦਿੱਤੇ ਜਾਂਦੇ, ਜੇ ਤੁਸੀਂ ਮੈਰਿਡ ਹੋ ਤਾਂ ਤੁਹਾਡਾ ਸਪਾਊਸ, ਤੁਹਾਡਾ ਹਸਬੈਂਡ ਜਾਂ ਵਾਈਫ ਜਿਹੜਾ ਤੁਹਾਡੇ ਨਾਲ ਅੱਗੇ ਡਿਪੈਂਡੈਂਟ 'ਤੇ ਆਇਆ ਸੀਗਾ, ਜੇ ਉਹਨਾਂ ਦਾ ਸਕਿੱਲ ਸੇਮ ਲਿਸਟ ਦੇ ਵਿੱਚ ਆਉਂਦਾ ਮੀਡੀਅਮ ਟੂ ਲੋਂਗ ਟਰਮ ਲਿਸਟ ਦੇ ਵਿੱਚ, ਤਾਂ ਉਹਨਾਂ 'ਤੇ ਤੁਹਾਨੂੰ 10 ਪੁਆਇੰਟ ਮਿਲਦੇ ਹੈ। ਇਹ ਤੋਂ ਇਲਾਵਾ ਦੋਸਤੋ ਵਿਜ਼ਿਟਰ ਵੀਜ਼ਾ, ਉਹਦੇ ਬਾਰੇ ਜੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਈਏ, ਅੱਜ ਕੱਲ੍ਹ ਅਗੇਨ ਬਿਕੋਜ਼ ਜਿਹੜਾ ਬੁਸ਼ ਫਾਇਰ ਦਾ ਇੰਪੈਕਟ ਸੀਗਾ ਅਤੇ ਚਾਈਨਾ ਤੋਂ ਵਿਜ਼ਿਟਰ ਘੱਟ ਹੋਇਆ, ਅਤੇ ਉਹਦੇ ਕਰਕੇ ਕਾਫੀ ਟੂਰਿਜ਼ਮ ਇੰਡਸਟਰੀ ਬਹੁਤ ਇੰਪੈਕਟ ਹੋਈ ਹੈ ਆਸਟ੍ਰੇਲੀਆ ਦੇ ਵਿੱਚ। ਅਤੇ ਜੇ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਚੱਲੀਏ, ਇੰਡੀਆ ਲਈ ਇਹ ਇੱਕ ਓਪਰਚੁਨਿਟੀ ਹੈ ਕਿ ਜੇ ਤੁਸੀਂ ਟੂਰਿਸਟ ਵੀਜ਼ਾ ਵੀ ਅਪਲਾਈ ਕਰਦੇ ਹੋ ਇੰਡੀਆ ਤੋਂ ਆਸਟ੍ਰੇਲੀਆ ਦਾ, ਬਹੁਤ ਜ਼ਿਆਦਾ ਚਾਂਸਿਸ ਹੈ ਕਿ ਉਹ ਵੀਜ਼ਾ ਸਕਸੈਸ ਆਏਗਾ, ਬਿਕੋਜ਼ ਆਸਟ੍ਰੇਲੀਆ ਨੂੰ ਇਸ ਵੇਲੇ ਟੂਰਿਸਟ ਦੀ, ਸਟੂਡੈਂਟਸ ਦੀ ਬਹੁਤ ਜ਼ਿਆਦਾ ਲੋੜ ਹੈ। ਅਤੇ ਟੂਰਿਸਟ ਵੀਜ਼ਾ ਲਈ ਵੀ ਜੈਨੂਇਨ ਟੈਂਪਰਰੀ ਐਂਟਰਿੰਗ ਕ੍ਰਾਈਟੀਰੀਆ ਅਪਣਾਇਆ ਜਾਂਦਾ ਹੈ, ਬਟ ਉਸ ਕ੍ਰਾਈਟੀਰੀਆ ਦੇ ਵਿੱਚ ਮੇਨ ਚੀਜ਼ ਜਿਹੜੀ ਤੁਸੀਂ ਡਿਪਾਰਟਮੈਂਟ ਨੂੰ ਸ਼ੋਅ ਕਰਨੀ ਜਾਂ ਸੈਟਿਸਫਾਈ ਕਰਨੀ ਆਪਣੀ ਐਪਲੀਕੇਸ਼ਨ ਦੇ ਵਿੱਚ ਕਿ ਤੁਹਾਡਾ ਇੰਡੀਆ ਦੇ ਵਿੱਚ ਕੀ ਹੈ ਜਿਹਦੇ ਲਈ ਤੁਸੀਂ ਵਾਪਸ ਜਾਓਗੇ ਇੱਕ ਵਾਰੀ ਤੁਹਾਨੂੰ ਜੇ ਵਿਜ਼ਿਟਰ ਵੀਜ਼ਾ ਦੇ ਦਿੱਤਾ ਜਾਂਦਾ। ਸਿਮਿਲਰ ਕ੍ਰਾਈਟੀਰੀਆ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਐਪਲੀਕੇਬਲ ਹੁੰਦਾ। ਇਹ ਤੋਂ ਇਲਾਵਾ ਜੇ ਆਪਾਂ ਫੰਡਸ ਦੀ ਗੱਲ ਕਰੀਏ, ਕਿਉਂਕਿ ਕਰੰਟਲੀ ਜੇ ਲੈਵਲ 3 ਦੇ ਵਿੱਚ ਹੋਣ ਦੇ ਨਾਲ, ਇੰਡੀਆ ਲੈਵਲ 3 ਦੇ ਵਿੱਚ ਹੋਣ ਦੇ ਨਾਲ ਫੰਡਸ ਦੀ ਰਿਕੁਆਇਰਮੈਂਟ ਹੈਗੀ ਹੈ, ਬਟ ਜੇ ਤੁਸੀਂ ਇਹੀ ਐਡਮਿਸ਼ਨ ਕਿਸੇ ਲੈਵਲ 1 ਯੂਨੀਵਰਸਿਟੀ ਦੇ ਵਿੱਚ ਪਾਉਂਦੇ ਹੋ ਤਾਂ ਮੋਸਟ ਆਫ ਦ ਸਿਨਾਰੀਓਜ਼ ਦੇ ਵਿੱਚ ਇਹ ਕੰਡੀਸ਼ਨ ਵੇਵ ਆਫ ਹੋ ਜਾਂਦੀ ਹੈ ਅਤੇ ਫੰਡਸ ਦੀ ਕੋਈ ਰਿਕੁਆਇਰਮੈਂਟ ਨਹੀਂ ਆਉਂਦੀ। ਬਟ ਜੇ ਅੱਗੇ ਜਾ ਕੇ ਇੰਡੀਆ ਦਾ ਲੈਵਲ ਚੇਂਜ ਹੁੰਦਾ ਲੈਵਲ 2 ਦੇ ਵਿੱਚ, ਜਿਹਦੀ ਬਹੁਤ ਜ਼ਿਆਦਾ ਪੋਸੀਬਿਲਿਟੀ ਹੈ, ਐਂਡ ਦੇ ਹੈਜ਼ ਬੀਨ ਟੋਕਸ ਰਿਗਾਰਡਿੰਗ ਦਿਸ ਵਿਦ ਇਨ ਦ ਡਿਪਾਰਟਮੈਂਟ ਐਜ਼ ਵੈਲ ਵਿਦ ਇਨ ਦ ਗਵਰਨਮੈਂਟ, ਅਤੇ ਜੇ ਇੱਦਾਂ ਦੀ ਚੇਂਜਿਸ ਆਉਂਦੀਆਂ ਤਾਂ ਡੈਫੀਨੇਟਲੀ ਉਹ ਇੰਡੀਆ ਲਈ ਬਹੁਤ ਪੋਜ਼ਿਟਿਵ ਹੋਏਗਾ। ਇਹਦਾ ਮਤਲਬ ਜੇ ਤੁਸੀਂ ਲੈਵਲ 2 ਦੇ ਵਿੱਚ ਵੀ ਅਪਲਾਈ ਕਰਦੇ ਹੋ ਤਾਂ ਫੰਡਸ ਅਤੇ ਆਇਲਸ ਦੀ, ਫਾਈਨੈਂਸ਼ੀਅਲਸ ਅਤੇ ਆਇਲਸ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਬਟ ਗਿਵਨ ਤੁਹਾਡੇ ਕੋਲ ਇਨਾ ਫਾਈਨੈਂਸ਼ੀਅਲਸ ਹੋਣੇ ਚਾਹੀਦੇ ਆਪਣੇ ਖਰਚੇ ਲਈ। ਇਹ ਤੋਂ ਇਲਾਵਾ ਤੁਹਾਨੂੰ ਕੋਈ ਵੀ ਕੁਐਸਚਨ ਹੈ, ਤੁਸੀਂ ਇੰਡੀਆ 'ਚੋਂ ਸਟੂਡੈਂਟ ਵੀਜ਼ਾ 'ਤੇ ਆਉਣਾ ਚਾਹੁੰਦੇ ਹੋ, ਵਿਜ਼ਿਟਰ ਵੀਜ਼ਾ 'ਤੇ ਆਉਣਾ ਚਾਹੁੰਦੇ ਹੋ, ਜਾਂ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਆਪਣੀ ਫਰਦਰ ਐਜੂਕੇਸ਼ਨ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, TR PR ਤੋਂ ਲੈ ਕੇ ਕੋਈ ਵੀ ਸਵਾਲ ਹੈ ਤੁਸੀਂ ਇਸ ਪੇਜ 'ਤੇ ਪੁੱਛ ਸਕਦੇ ਹੋ। ਮਨੀਸ਼ ਲੋਹਾਨ ਦਾ ਜੇ ਮੈਸੇਜ ਲਈਏ, ਆਫਟਰ MA ਇੰਗਲਿਸ਼ ਕੇ ਬਾਅਦ ਕੌਨ ਸੇ ਕੋਰਸਿਸ ਮੇਂ ਐਡਮਿਸ਼ਨ ਹੋਗਾ 2019 ਪਾਸ ਆਊਟ। ਮਨੀਸ਼ ਜੀ, MA ਇੰਗਲਿਸ਼ ਤੋਂ ਬਾਅਦ ਇੱਕ ਟੀਚਿੰਗ ਦਾ, ਮਾਸਟਰਸ ਇਨ ਟੀਚਿੰਗ ਦਾ ਕੋਰਸ ਹੈਗਾ ਜਿਹਦੇ ਵਿੱਚ ਐਡਮਿਸ਼ਨ ਹੋ ਸਕਦੀ ਹੈ। ਇਹਦੀ ਬਹੁਤ ਜ਼ਿਆਦਾ ਰੈਲੇਵੈਂਸੀ ਬਣਦੀ ਹੈ ਤੁਹਾਡੀ ਪੁਰਾਣੀ ਪੜ੍ਹਾਈ ਦੇ ਨਾਲ, ਅਤੇ ਬਹੁਤ ਜ਼ਿਆਦਾ ਸਕੋਪ ਦੇ ਵਿੱਚ ਇਹ ਕੋਰਸ ਹੈਗਾ ਮਾਸਟਰਸ ਇਨ ਟੀਚਿੰਗ, ਅਤੇ ਅੱਗੇ ਜਾ ਕੇ ਇਹਦੀ ਕਾਫੀ ਬੈਨੀਫਿਟਸ ਵੀ ਹੈਗੇ। ਵਿਦ ਸਪਾਊਸ ਡੈਫੀਨੇਟਲੀ ਪੋਸੀਬਲ ਹੈ ਜੀ, ਹਰ ਯੂਨੀਵਰਸਿਟੀਜ਼ ਦਾ ਆਪਣਾ ਕ੍ਰਾਈਟੀਰੀਆ ਹੁੰਦਾ, ਬਟ ਮੋਸਟ ਆਫ ਦ ਯੂਨੀਵਰਸਿਟੀਜ਼ ਵਿਦ ਸਪਾਊਸ ਵੀ ਐਡਮਿਸ਼ਨ ਲੈਂਦੀ ਹੈ, ਅਤੇ 2019 ਪਾਸ ਆਊਟ ਇਜ਼ ਪ੍ਰੀਟੀ ਗੁੱਡ। ਟੂਰਿਸਟ ਸਟੱਡੀ ਕਨਵਰਟ ਹੋ ਜਾਂਦਾ ਹੈ ਦੀਪ ਮਾਨ। ਦੀਪ ਜੀ, ਟੂਰਿਸਟ ਤੋਂ ਸਟੱਡੀ ਬਿਲਕੁਲ ਕਨਵਰਟ ਹੋ ਸਕਦਾ ਹੈ, ਗਿਵਨ ਕਿ ਤੁਹਾਡੇ ਟੂਰਿਸਟ ਵੀਜ਼ਾ 'ਤੇ ਜਾਂ ਵਿਜ਼ਿਟਰ ਵੀਜ਼ਾ 'ਤੇ ਕੋਈ ਨੋ ਫਰਦਰ ਸਟੇ ਦੀ ਕੰਡੀਸ਼ਨ ਨਾ ਲੱਗੀ ਹੋਵੇ।
ਜੇ ਕੰਡੀਸ਼ਨ ਇੱਕ ਮਤਲਬ ਦੱਸਿਆ ਜਾਏ ਤਾਂ ਅੱਜ ਕੱਲ੍ਹ ਜਿਹੜੇ ਜ਼ਿਆਦਾਤਰ ਵਿਜ਼ਿਟਰ ਵੀਜ਼ਾ ਲੱਗਦੇ ਆ ਇਸ ਰਿਸਕੇਜ ਦੇ ਵਿੱਚ, ਰਿਸਕੇਜ ਵਾਲਿਆਂ ਦੇ ਜਿਹੜੇ ਟੂਰਿਸਟ ਵੀਜ਼ਾ ਲੱਗਦੇ ਹੈ, ਉਹਨਾਂ 'ਤੇ ਨੋਰਮਲੀ ਦੋ ਕੰਡੀਸ਼ਨਸ ਹੁੰਦੀਆਂ, ਇੱਕ ਹੁੰਦੀ ਮੈਕਸੀਮਮ 3 ਮੰਥ ਸਟੱਡੀ, ਦੂਸਰੀ ਕੰਡੀਸ਼ਨ ਹੁੰਦੀ ਨੋ ਵਰਕ। ਇਹਨਾਂ ਦੋਨਾਂ ਕੰਡੀਸ਼ਨਸ ਤੋਂ ਇਲਾਵਾ ਜੇ ਕੋਈ ਹੋਰ ਕੰਡੀਸ਼ਨ ਲਿੱਤੀ ਜਾਂਦੀ ਹੈ, ਸਪੈਸ਼ਲੀ ਨੋ ਫਰਦਰ ਸਟੇਅ ਦੀ ਕੰਡੀਸ਼ਨ ਹੁੰਦੀ ਹੈ ਜੇ ਵੀਜ਼ੇ 'ਤੇ, ਤਾਂ ਇਹਦਾ ਮਤਲਬ ਤੁਸੀਂ ਔਨਸ਼ੋਰ ਆ ਕੇ ਕੋਈ ਹੋਰ ਵੀਜ਼ਾ ਨਹੀਂ ਪਾ ਸਕਦੇ ਅਨਲੈਸ ਉਹ ਕੰਡੀਸ਼ਨ ਦਾ ਵੇਵਰ ਹੋਵੇ। ਅਤੇ ਇਨ ਸਿੰਪਲ ਵਰਡਸ, ਹਾਂਜੀ ਬਿਲਕੁਲ ਕਨਵਰਟ ਹੋ ਸਕਦਾ, ਅਤੇ ਬਹੁਤ ਸਾਰੇ ਵਿਜ਼ਿਟਰ ਟੂ ਸਟੂਡੈਂਟ ਆਪਾਂ ਕਨਵਰਟ ਵੀ ਕਰਾਏ। ਜੇ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਦੇਖੋ, ਇਹਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ। ਇਹ ਬਿਨਾਂ ਆਈਲਟਸ ਤੋਂ ਵੀ ਕਨਵਰਟ ਹੋ ਜਾਂਦਾ ਜੀ, ਆਈਲਟਸ ਇਹਦੇ ਵਿੱਚ ਕੰਪਲਸਰੀ ਨਹੀਂ ਹੈ, ਡਿਪੈਂਡਿੰਗ ਕਿਹੜੀ ਸਟਰੀਮ ਲੈ ਰਹੇ ਹੋ ਸਟੱਡੀ ਦੇ ਵਿੱਚ, ਅਤੇ ਡੈਫੀਨੇਟਲੀ ਕਨਵਰਟ ਹੋ ਸਕਦਾ। ਮਨਜਿੰਦਰ ਸਿੰਘ, ਆਸਟ੍ਰੇਲੀਆ ਵੀਜ਼ਾ ਰਿਜੈਕਟ ਇਨ 2018, ਵੀ ਕੈਨ ਅਪਲਾਈ ਔਰ ਨੋਟ, ਪੀ ਟੀ ਸਕੋਰ 58। ਮਨਜਿੰਦਰ ਜੀ ਬਿਲਕੁਲ ਅਪਲਾਈ ਕਰ ਸਕਦੇ ਹੋ, ਕੋਈ ਰੋਕ ਨਹੀਂ ਹੈ ਅਪਲਾਈ ਕਰਨ 'ਚ, ਬਟ ਇਨਸਟੈਡ ਵੀ ਵਿਲ ਲਾਈਕ ਟੂ ਸੀ ਕਿ ਜਿਹੜਾ ਤੁਹਾਡਾ ਲਾਸਟ ਵੀਜ਼ਾ ਰਿਫਿਊਜ਼ ਹੋਇਆ ਸੀ, ਕਿਉਂ ਰਿਫਿਊਜ਼ ਹੋਇਆ ਸੀ, ਕੀ ਰੀਜ਼ਨ ਦਿੱਤੇ ਆ ਕੇਸ ਆਫਿਸਰ ਨੇ, ਕੀ ਤੁਹਾਡੀ ਸਟੱਡੀ ਸੀ, ਕਿਹੜੀ ਸਟੱਡੀ ਦੇ ਵਿੱਚ ਤੁਸੀਂ ਅਪਲਾਈ ਕੀਤਾ ਸੀਗਾ। ਅਤੇ ਰੀਸੈਂਟ ਆਈ ਥਿੰਕ ਜੇ 10 ਕੁ ਦਿਨ ਪਹਿਲਾਂ ਦੀ ਗੱਲ ਕਰੀਏ, ਇੱਕ ਰੀਸੈਂਟ ਵੀਜ਼ਾ ਆਇਆ ਜਿਹਦੇ 'ਚ ਸਟੂਡੈਂਟ ਦੀ 2 ਰਿਫਿਊਜ਼ਲਸ ਸੀਗੀਆਂ ਆਸਟ੍ਰੇਲੀਆ ਦੀ, ਅਤੇ 2 ਰਿਫਿਊਜ਼ਲ ਸੀ ਕੈਨੇਡਾ ਸਟੂਡੈਂਟ ਵੀਜ਼ਾ ਦੀ, ਅਤੇ 5th ਟਾਈਮ ਉਹਨਾਂ ਨੇ ਓਮ ਗਲੋਬਲ ਦੇ ਥਰੂ ਸਟੱਡੀ ਵੀਜ਼ਾ ਅਪਲਾਈ ਕੀਤਾ ਆਸਟ੍ਰੇਲੀਆ ਦਾ, ਅਤੇ ਉਹਨਾਂ ਦਾ ਵੀਜ਼ਾ ਲੱਗਾ 2 ਸਾਲ ਦਾ ਮਾਸਟਰਸ ਦੇ ਵਿੱਚ। ਜੇ ਫੇਸਬੁੱਕ ਪੇਜ 'ਤੇ ਉਸ ਵੀਜ਼ਾ ਦੀ ਕਾਪੀ ਵੀ ਪਾਈ ਗਈ ਹੈ, ਤੁਸੀਂ ਚਾਹੋ ਤਾਂ ਉਹ ਵੀ ਦੇਖ ਸਕਦੇ ਹੋ, ਜਾਂ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਉਹ ਵੀਜ਼ਾ ਦੇਖ ਸਕਦੇ ਹੋ। ਲਵ ਸ਼ਰਮਾ, ਬੀਟੈਕ ਮਕੈਨੀਕਲ ਇਨ 2016 ਆਫਟਰ 2 ਈਅਰਸ ਐਕਸਪੀਰੀਅੰਸ। ਲਵ, ਨੋ ਇਸ਼ੂਜ਼, ਜੇ ਤੁਹਾਡੇ ਕੋਲ 2016 ਤੋਂ ਲੈ ਕੇ 2020 ਤੱਕ ਦਾ ਪਰੂਫ ਹੈ ਕਿ ਇਸ ਟਾਈਮ ਦੇ ਵਿੱਚ ਤੁਸੀਂ ਕੀ ਕੀਤਾ, ਕਿਸੇ ਵੀ ਤਰ੍ਹਾਂ ਦਾ ਵਰਕ ਐਕਸਪੀਰੀਅੰਸ ਜਾਂ ਕੋਈ ਮਾਸਟਰਸ ਦੀ ਪੜ੍ਹਾਈ ਹੈ, ਤਾਂ ਬਿਲਕੁਲ ਆਪਣਾ ਗੈਪ ਜਸਟੀਫਾਈ ਕਰੋ, ਅਤੇ ਯੂ ਵਿਲ ਬੀ ਐਲੀਜੀਬਲ ਟੂ ਅਪਲਾਈ ਫੋਰ ਅ ਸਟੂਡੈਂਟ ਵੀਜ਼ਾ ਐਸ ਵੈਲ, ਇਨਕਲੂਡਿੰਗ ਯੂਰ ਐਡਮਿਸ਼ਨ। ਨਿਸ਼ਾਂਤ ਸਿੰਘ, ਸਰ ਮੇਰੀ ਵਾਈਫ ਬੀ ਸੀ ਏ 65%, 2019 ਪਾਸ ਆਊਟ, ਪੀ ਟੀ ਚੋ 57, ਸਰ ਪਾਸ ਕੇਸ ਹੋ ਸਕਦਾ ਹੈ ਮੈਂ ਪਲੱਸ 2 ਪਾਸ 2012। ਨਿਸ਼ਾਂਤ ਸਿੰਘ ਜੀ ਬਿਲਕੁਲ ਹੋ ਸਕਦਾ, 2019 ਪਾਸ ਆਊਟ, 65% ਬਹੁਤ ਅੱਛੇ ਨੰਬਰ ਹੈ ਜੀ। ਬਾਕੀ ਤੁਹਾਡੇ ਪਰਸਨਲ ਪੜ੍ਹਾਈ ਜ਼ਿਆਦਾ ਮੈਟਰ ਨਹੀਂ ਕਰਦੀ, ਬਿਕੋਜ਼ ਤੁਸੀਂ ਐਜ਼ ਅ ਡਿਪੈਂਡੈਂਟ ਜਾਣਾ ਹੈ, ਜੇ ਤੁਸੀਂ ਪਲੱਸ 2 ਪਾਸ ਆਊਟ ਵੀ ਹੋ, ਨੋ ਇਸ਼ੂਜ਼ ਐਟ ਆਲ। ਮੇਨਲੀ ਜਿਹੜਾ ਪ੍ਰਾਇਮਰੀ ਐਪਲੀਕੈਂਟ ਹੁੰਦਾ ਉਹਦੀ ਪੜ੍ਹਾਈ ਦੇਖੀ ਜਾਂਦੀ ਹੈ ਕਿ ਕਦੋਂ ਪਾਸ ਆਊਟ ਹੈ, ਆਈਲਟਸ ਜਾਂ ਪੀ ਟੀ 'ਚੋਂ ਕਿੰਨੇ ਬੈਂਡ ਹੈ, ਅਤੇ ਕਿਹੜੇ ਸਾਲ ਦੇ ਵਿੱਚ ਤੁਹਾਡੀ ਪੜ੍ਹਾਈ ਖਤਮ ਹੋਈ ਸੀ, ਅਤੇ ਕਿੰਨੇ ਪਰਸੈਂਟੇਜ ਨਾਲ ਤੁਸੀਂ ਪਾਸ ਹੋਏ ਸੀ, ਅਤੇ ਡੈਫੀਨੇਟਲੀ ਯੂ ਕੈਨ ਅਪਲਾਈ। ਨਿਸ਼ਾਂਤ ਸਿੰਘ ਚੌਧਰੀ, ਏ ਕੇ ਪਲੱਸ 2 ਇਨ 2018 ਆਰਟਸ, 55% ਓਵਰਆਲ, ਸੋਰੀ ਪਲੱਸ 2 2018 ਆਰਟਸ, 55 ਓਵਰਆਲ ਇਨ ਪੀ ਟੀ, ਕੈਨ ਅਪਲਾਈ। ਚੌਧਰੀ ਜੀ ਡੈਫੀਨੇਟਲੀ ਅਪਲਾਈ, 2018 ਤੋਂ ਲੈ ਕੇ ਹੁਣ ਤੱਕ ਕੀ ਕੀਤਾ, ਜੋ ਵੀ ਤੁਹਾਡੇ ਕੋਲ ਜਸਟੀਫਿਕੇਸ਼ਨ ਹੈ ਕਿ ਕੋਈ ਕੰਮ ਕੀਤਾ, ਕੋਈ ਬ੍ਰਿਜਿੰਗ ਕੋਰਸ ਕੀਤਾ ਜਾਂ ਇੱਦਾਂ ਦਾ, ਤਾਂ ਡੈਫੀਨੇਟਲੀ ਵੀ ਕੈਨ ਲੁੱਕ ਇਨ ਟੂ ਇਟ। ਬਾਕੀ ਤੁਹਾਡੀ ਜੇ ਪਰਸੈਂਟੇਜ ਵੀ ਪਤਾ ਲੱਗਦੀ ਹੈ, ਤਾਂ ਉਹਦੇ ਨਾਲ ਜ਼ਿਆਦਾ ਆਈਡੀਆ ਹੁੰਦਾ ਕਿ ਕਿਹੜੇ ਯੂਨੀਵਰਸਿਟੀ, ਕਿਹੜੇ ਇੰਸਟੀਟਿਊਸ਼ਨ ਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ। ਸੰਦੀਪ ਚਮੋਲੀ, ਸਟੱਡੀ ਵੀਜ਼ਾ ਕੇ ਸਾਥ ਸਾਥ ਜੋਬ ਕਰ ਸਕਦੇ ਹਾਂ? ਹਾਂਜੀ ਬਿਲਕੁਲ ਜੀ। ਸੰਦੀਪ ਜੀ, ਤੁਹਾਨੂੰ ਅਤੇ ਸਾਰਿਆਂ ਨੂੰ ਇੱਕ ਵਾਰ ਦੱਸਣਾ ਚਾਹੁੰਦੇ, ਜਿਹੜਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਲੱਗਦਾ ਹੈ, ਉਸ ਵੀਜ਼ੇ ਦੇ ਵਿੱਚ ਹੀ ਤੁਹਾਨੂੰ ਵਰਕ ਰਾਈਟਸ ਮਿਲਦੇ ਆ,
ਤੁਸੀਂ ਇੱਕ ਫੋਰਟਨਾਈਟ ਦੇ ਵਿੱਚ 40 ਘੰਟੇ ਕੰਮ ਕਰ ਸਕਦੇ ਹੋ ਜਦੋਂ ਤੁਹਾਡੀ ਕਲਾਸਾਂ ਚੱਲ ਰਹੀਆਂ ਜਾਂ ਜਦੋਂ ਤੁਸੀਂ ਤੁਹਾਡਾ ਸੈਸ਼ਨ ਚੱਲ ਰਿਹਾ। ਬਟ ਅਪਾਰਟ ਫਰੋਮ ਦੈਟ ਜੋ ਤੁਹਾਡੀ ਕੋਈ ਸਮੈਸਟਰ ਬ੍ਰੇਕ ਹੁੰਦੀ ਹੈ ਜਾਂ ਛੁੱਟੀਆਂ ਚੱਲ ਰਹੀਆਂ ਉਦੋਂ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਸਪਾਊਸ ਤੁਹਾਡੇ ਨਾਲ ਆਉਂਦਾ, ਜੇ ਤਾਂ ਤੁਹਾਡਾ ਕੋਰਸ ਮਾਸਟਰਸ ਕੋਰਸ ਹੈ ਤੁਹਾਡੇ ਸਪਾਊਸ ਨੂੰ ਫੁੱਲ ਵਰਕ ਰਾਈਟਸ ਹੁੰਦੇ ਆ, ਫੁੱਲ ਟਾਈਮ ਵਰਕ ਰਾਈਟਸ। ਅਤੇ ਜੇ ਤੁਹਾਡਾ ਕੋਰਸ ਕੋਈ ਡਿਪਲੋਮਾ ਲੈਵਲ ਜਾਂ ਬੈਚਲਰਸ ਲੈਵਲ ਦਾ ਹੈਗਾ ਤਾਂ ਤੁਹਾਡੇ ਸਪਾਊਸ ਦੀ ਸੇਮ ਵਰਕਿੰਗ ਕੰਡੀਸ਼ਨਸ ਹੁੰਦੀ ਹੈ ਐਜ ਯੂ ਹੈ, ਵਿਚ ਇਜ਼ 40 ਆਵਰਸ ਔਫ ਫੋਰਟਨਾਈਟ ਜਦੋਂ ਤੁਹਾਡਾ ਸੈਸ਼ਨ ਚੱਲ ਰਿਹਾ ਇਨ ਪ੍ਰੋਗਰੈਸ ਹੈ, ਫੁੱਲ ਟਾਈਮ ਜਦੋਂ ਤੁਹਾਡੀ ਸਮੈਸਟਰ ਬ੍ਰੇਕ ਹੈ। ਅਤੇ ਮਾਸਟਰਸ ਦੇ ਵਿੱਚ ਸਪਾਊਸ ਨੂੰ ਫੁੱਲ ਟਾਈਮ ਅਤੇ ਪ੍ਰਾਇਮਰੀ ਐਪਲੀਕੈਂਟ ਸਟੂਡੈਂਟ ਨੂੰ ਸਿਮਿਲਰ ਵਰਕਿੰਗ ਆਵਰਸ 40 ਆਵਰਸ ਔਫ ਫੋਰਟਨਾਈਟ। ਪਾਰਟ ਟਾਈਮ ਜੋਬ ਸਟੱਡੀ ਵੀਜ਼ਾ ਕੇ ਸਾਥ, ਹਾਂਜੀ ਬਿਲਕੁਲ ਕਰ ਸਕਦੇ ਹਾਂ ਜੀ ਸੰਦੀਪ ਜੀ, ਐਜ਼ ਆ ਆਨਸਰ। ਕਮਲ ਕੈਂਡੀ ਕੈਨੇਡਾ ਵਿਦ ਵਨ ਸਮੈਸਟਰ ਫੀਸ। ਕਮਲ, ਆਈ ਐਮ ਨੋਟ ਸ਼ੋਰ ਅਬਾਊਟ ਕੈਨੇਡਾ, ਜੇ ਤੁਹਾਨੂੰ ਕੈਨੇਡਾ ਰਿਗਾਰਡਿੰਗ ਕੋਈ ਵੀ ਸਵਾਲ ਹੈ ਕਿਸੇ ਵੀ ਬ੍ਰਾਂਚ 'ਤੇ ਵਿਜ਼ਿਟ ਕਰਕੇ ਤੁਸੀਂ ਉਹਦਾ ਜਵਾਬ ਲੈ ਸਕਦੇ ਹੋ। ਮਨਜਿੰਦਰ ਸਿੰਘ ਸਰ, ਆਈ ਐਮ ਫਰੋਮ ਛੱਤੀਸਗੜ੍ਹ, ਇਟਸ ਅਪਰੋਕਸੀਮੇਟਲੀ 2000 ਕਿਲੋਮੀਟਰ ਅਵੇ ਫਰੋਮ ਪੰਜਾਬ ਸਟੇਟ, ਕੈਨ ਯੂ ਗਿਵ ਮੀ ਯੋਰ ਕੋਂਟੈਕਟ ਨੰਬਰ, ਮਾਈ ਰੀਜ਼ਨ ਆਫ ਰਿਫਿਊਜ਼ਲ ਐਂਡ ਮਨਜਿੰਦਰ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਆਸਟ੍ਰੇਲੀਆ ਦੀ ਰਿਫਿਊਜ਼ਲ ਹੈ, ਇਟਸ ਓਕੇ ਜੇ ਤੁਸੀਂ ਪੰਜਾਬ ਤੋਂ ਕਾਫੀ ਦੂਰ ਰਹਿੰਦੇ ਹੋ, ਛੱਤੀਸਗੜ੍ਹ ਰਹਿੰਦੇ ਹੋ, ਨੋ ਇਸ਼ੂਜ਼, ਤੁਸੀਂ ਸਾਡੇ ਦਿੱਤੇ ਹੋਏ ਨੰਬਰ 'ਤੇ ਕਾਲ ਕਰ ਸਕਦੇ ਹੋ ਐਂਡ ਯੂ ਕੈਨ ਸਪੀਕ ਟੂ ਅ ਕਾਊਂਸਲਰ ਐਜ਼ ਵੈਲ ਓਵਰ ਦੇ, ਅਤੇ ਈਮੇਲ ਆਸ ਯੋਰ ਡਾਕੂਮੈਂਟਸ, ਅਤੇ ਉਹ ਤੋਂ ਬਾਅਦ ਸਾਡੇ ਕਿਸੇ ਵੀ ਕਾਊਂਸਲਰ ਨਾਲ ਗੱਲ ਕਰੋ ਐਂਡ ਯੂ ਵਿਲ ਬੀ ਏਬਲ ਟੂ ਗੈਟ ਆਲ ਦਾ ਇਨਫੋਰਮੇਸ਼ਨ ਐਜ਼ ਵੈਲ, ਡਿਪੈਂਡਿੰਗ ਔਨ ਕਿ ਤੁਹਾਡੇ ਕੀ ਪ੍ਰੋਸਪੈਕਟਸ ਹੈ ਅੱਗੇ ਸਟੂਡੈਂਟ ਵੀਜ਼ਾ ਨੂੰ ਲੱਗ ਕੇ। ਨਿਸ਼ਾਨ ਸਿੰਘ ਸਰ, ਲੈਵਲ 1 ਯੂਨੀਵਰਸਿਟੀ 'ਚ ਵੀ ਫੰਡ ਸ਼ੋ ਕਰਵਾਉਣੇ ਪੈਂਦੇ ਨੇ। ਨਿਸ਼ਾਨ, ਹਰ ਯੂਨੀਵਰਸਿਟੀ ਫੰਡ ਨਹੀਂ ਮੰਗਦੀ, ਕਿਸੇ ਕਿਸੇ ਯੂਨੀਵਰਸਿਟੀ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਹੈ, ਕਿਸੇ ਦੀ ਨਹੀਂ ਹੈ, ਬਟ ਤੁਹਾਨੂੰ ਡੈਕਲਾਰੇਸ਼ਨ ਦੇਣਾ ਪੈਂਦਾ ਕਿ ਤੁਹਾਡੇ ਕੋਲ ਇੰਨਾ ਫਾਈਨੈਂਸ਼ੀਅਲ ਹੈ ਆਸਟ੍ਰੇਲੀਆ ਸਟੱਡੀ ਲਈ, ਆਪਣੀ ਫੀਸ ਪੇ ਕਰਨ ਲਈ, ਉੱਥੇ ਦੇ ਲਿਵਿੰਗ ਕੋਸਟ ਪੇ ਕਰਨ ਲਈ, ਤੋ ਯੂ ਜਸਟ ਨੀਡ ਟੂ ਡੂ ਅ ਡੈਕਲਾਰੇਸ਼ਨ। ਅਪਾਰਟ ਫਰੋਮ ਦੈਟ ਹਰ ਯੂਨੀਵਰਸਿਟੀ ਤੁਹਾਡੇ ਤੋਂ ਫਾਈਨੈਂਸ਼ੀਅਲਸ ਨਹੀਂ ਮੰਗਦੀ। ਇਸ ਤੋਂ ਇਲਾਵਾ ਦੋਸਤੋ, ਐਜ਼ ਆਈ ਸੈਡ ਕਿ ਜਿੱਦਾਂ ਕਰੋਨਾ ਵਾਇਰਸ ਨੂੰ ਲੈ ਕੇ ਚਾਈਨਾ ਦੇ ਉੱਤੇ ਸਟੂਡੈਂਟਸ ਦੇ ਉੱਤੇ ਜਾਂ ਵਿਜ਼ਿਟਰਸ ਦੇ ਉੱਤੇ ਜਾਂ ਕਿਸੇ ਵੀ ਟੈਂਪਰਰੀ ਵੀਜ਼ਾ ਹੋਲਡਰ ਜਿਹੜਾ ਮੇਨਲੈਂਡ ਚਾਈਨਾ ਤੋਂ ਹੈ ਉਹਨਾਂ 'ਤੇ ਬੈਨ ਹੈ ਕਰੰਟਲੀ, ਉਹ ਐਂਟਰ ਨਹੀਂ ਕਰਦੇ ਆਸਟ੍ਰੇਲੀਆ, ਇਹਦਾ ਬਹੁਤ ਵੱਡਾ ਇੰਪੈਕਟ ਆਸਟ੍ਰੇਲੀਅਨ ਐਜੂਕੇਸ਼ਨ ਇੰਡਸਟਰੀ, ਆਸਟ੍ਰੇਲੀਅਨ ਹੋਸਪਿਟੈਲਿਟੀ ਇੰਡਸਟਰੀ ਨੂੰ ਪੈ ਰਿਹਾ। ਐਜੂਕੇਸ਼ਨ ਇੰਡਸਟਰੀ ਨੰਬਰ 3rd ਹਾਈਐਸਟ ਐਕਸਪੋਰਟ ਆਫ ਆਸਟ੍ਰੇਲੀਆ, ਅਤੇ ਇਹਦਾ ਸਿੰਪਲ ਜਿਹਾ ਤਰੀਕਾ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਨਜ਼ਰ 2nd ਮੋਸਟ ਇੰਪੋਰਟੈਂਟ ਕੰਟਰੀ ਜਿਹੜੀ ਕਿ ਇੰਡੀਆ 'ਤੇ ਪਈ ਹੈ, ਜਿੱਥੋਂ ਬਹੁਤ ਜ਼ਿਆਦਾ ਸਟੂਡੈਂਟ ਆਸਟ੍ਰੇਲੀਆ ਲੈ ਸਕਦਾ ਹੈ ਆਪਣੀ ਡਿਮਾਂਡ ਪੂਰੀ ਕਰਨ ਲਈ, ਐਜੂਕੇਸ਼ਨ ਇੰਡਸਟਰੀ ਨੂੰ ਮੇਨਟੇਨ ਰੱਖਣ ਲਈ, ਤਾਂ ਕਿ ਜਿਹੜਾ $8 ਬਿਲੀਅਨ ਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਚਾਈਨੀਜ਼ ਸਟੂਡੈਂਟ ਨਾ ਅਰਨ ਕਰਕੇ, ਉਹ ਕਿਸੇ ਨਾ ਕਿਸੇ ਪਾਸੋਂ ਪੂਰਾ ਕੀਤਾ ਜਾਏ। ਪਲੱਸ ਜਿਹੜੇ ਬੁਸ਼ਫਾਇਰ ਸੀ ਉਹਦੇ ਕਰਕੇ ਆਲਰੇਡੀ ਆਸਟ੍ਰੇਲੀਅਨ ਇਕੋਨਮੀ ਸਟਰਗਲ ਕਰਦੀ ਪਈ ਹੈ, ਅਤੇ ਜੇ ਤੁਸੀਂ ਸੋਚ ਰਹੇ ਹੋ ਤੁਸੀਂ ਆਸਟ੍ਰੇਲੀਆ ਆਉਣਾ ਚਾਹੁੰਦੇ ਹੋ ਸਟੂਡੈਂਟ ਵੀਜ਼ਾ 'ਤੇ, ਇੱਥੇ ਆ ਕੇ ਪੜ੍ਹਨਾ ਚਾਹੁੰਦੇ ਹੋ ਜਾਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟਰ ਵੀਜ਼ੇ ਦੇ ਉੱਤੇ, ਦਿਸ ਇਜ਼ ਦਾ ਬੈਸਟ ਟਾਈਮ ਐਂਡ ਦਾ ਰਾਈਟ ਟਾਈਮ ਟੂ ਅਪਲਾਈ। ਇਸ ਤੋਂ ਇਲਾਵਾ ਕੋਈ ਵੀ ਤੁਹਾਡੇ ਕੁਸ਼ਚਨਸ ਹੈ ਤੁਸੀਂ ਕਮੈਂਟ ਬੋਕਸ ਦੇ ਵਿੱਚ ਛੱਡ ਸਕਦੇ ਹੋ, ਐਂਡ ਵੀ ਮੇਕ ਸ਼ੋਰ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਏ। ਇਸ ਤੋਂ ਇਲਾਵਾ
ਕੋਈ ਵੀ ਕੁਐਸਚਨ ਹੈ ਤੁਸੀਂ ਸਾਡੇ ਕਿਸੇ ਵੀ ਬ੍ਰਾਂਚ ਦੇ ਵਿਜ਼ਿਟ ਕਰ ਸਕਦੇ ਹੋ। ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ ਪੰਜਾਬ ਦੇ 3 ਸ਼ਹਿਰਾਂ ਦੇ ਵਿੱਚ ਓਮ ਗਲੋਬਲ ਦੀ ਬ੍ਰਾਂਚ ਹੈ। ਕਿਸੇ ਵੀ ਸ਼ਹਿਰ 'ਚ ਵਿਜ਼ਿਟ ਕਰਕੇ ਉੱਥੇ ਦੇ ਕਾਉਂਸਲਰਸ ਨੂੰ ਮਿਲ ਕੇ, ਸਿਰਫ ਆਸਟ੍ਰੇਲੀਆ ਹੀ ਨਹੀਂ, ਕੈਨੇਡਾ, UK, US, ਕਿਸੇ ਵੀ ਕੰਟਰੀ ਦੇ ਸਟੂਡੈਂਟ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਮੈਲਬਰਨ 'ਚੋਂ, ਆਸਟ੍ਰੇਲੀਆ 'ਚੋਂ, ਤੁਸੀਂ ਮੈਨੂੰ ਜਾਂ ਮੇਰੇ ਆਫਿਸ ਮੈਲਬਰਨ ਦੇ ਵਿੱਚ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਫੋਨ ਕਰਕੇ ਅਪੋਇੰਟਮੈਂਟ ਬੁੱਕ ਕਰਕੇ ਮਿਲਣ ਆ ਸਕਦੇ ਹੋ। ਕੋਈ ਵੀ ਤੁਹਾਡੀ PR ਰਿਲੇਟਿਡ, ਸਟੂਡੈਂਟ ਵੀਜ਼ਾ, ਕੋਈ ਕੋਰਸ ਚੇਂਜ ਰਿਲੇਟਿਡ ਕੋਈ ਵੀ ਇਨਕੁਆਇਰੀਜ਼ ਹੈ, ਆਪਾਂ ਉਹਨਾਂ ਦਾ ਜਵਾਬ ਦੇਵਾਂਗੇ। ਅੱਜ ਤੋਂ ਇਜਾਜ਼ਤ ਚਾਹੁੰਦੀ ਹਾਂ ਜੀ ਦੋਸਤੋ, ਸਤਿ ਸ਼੍ਰੀ ਅਕਾਲ।